ਦਸ ਸਾਡੇ ਮੁੰਡੇ ਸੀ।
ਸੋ ਮੇਰੀ ਆਸ
ਕਿ ਇਹ ਕੋਈ ਨਾ ਹੋਵੇ 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 ਕਿ ਇਹ ਕੋ
ਮੈਂ ਵੀ ਵੀਰ ਸਾਹਿਬ ਸਿੰਘ ਕਹਿਣ ਕਰੀ ਕਿ ਟੂਰਨਾਮੈਂਟ ਦੀ ਗੱਲਾਂ ਕਰਾਂਗੇ ਆਪਾਂ ਇਸ ਮੈਚਾਂ ਦੀਆਂ ਮੈਚਾਂ
ਕਹਿੰਦੇ ਕਿਉਂ ਹਮਾਰੇ ਭਾਈ ਵੀ 40 ਸਾਲ ਲਈ ਮੈਂ ਤੇਰੀ ਦੋਨੋਂ ਟੀਮਾਂ ਨੂੰ ਦਿਆਣਾ ਸੀ ਮੁੰਡਾ ਜਿਹੜੀ ਹੈ ਤਿਆਰ ਹੋ ਜਾਣ। ਮੈਂ ਵੀ ਦੇਖ ਕਰਕੇ ਬਲਗਾਰੀ ਵਾਲਿਆ ਅੱਜ ਦੇਖਦਾ ਮੈਂ ਬਹਿਰਾਮ ਵਾਲੇ ਨਿਰਮਤੀ ਮੈਂ ਜਵਾਬ ਦੀ ਬੈਠੇ ਆ ਮਰੀਕ ਬਹਿਰਾਮ ਵਾਲੀ ਕਬੱਡੀ ਕੌਣ ਹੋਣਾ ਬਲਜੀਤ ਵਾਲੀ ਕਬੱਡੀ ਕੌਣ ਹੋਣਾ ਚੰਨ ਉੱਡੀ ਵਾਲੀ ਕਬੱਡੀ ਕੌਣ ਹੋਣਾ ਆਹ ਦੇਖੋ ਸਾਡੇ ਖੂਨ ਦਾ ਹੋਇਆ ਨਾਮ ਪਰ ਸੁੰਦਰ ਸਰੀਰ ਹੈ ਰਹਿਣ ਵਾਲੀ ਗੱਲ ਹੈ ਸ਼ੀਰਾ ਬਹੁਤ ਵਧੀਆ ਮਨ ਲੱਗੀ ਪਾਉਂਦਾ ਹੈ ਬਾਕੀ ਜੀ ਇਹ ਫਰੌਡ ਨੇ ਕੈਦ ਪਾਈ ਹੈ ਕਿ ਲੈ ਗਿਆ ਸਾਡਾ ਦਿਲ ਕੱਢ ਕੇ ਜਦ ਮੋਟਰ ਵਾਂਗੂ ਪੈਣਾ ਪਾਈ ਹੈ ਆਹ ਲਕਾਰੇ ਨਾਲ ਪਾਉਂਦਾ ਜਾਂਦਾ ਹੈ ਪਰਮਜੀਤ ਸਿੰਘ ਜੀ ਕਬੱਡੀ ਆ
ਇੱਕ ਪਾਸੇ ਰਿਸ਼ਤਾ ਇੱਕ ਪਾਸੇ ਰੌਣਕਾਂ ਲੱਗੀਆਂ ਨੇ।
ਇਕਬਾਲ ਸਿੰਘ ਜੀ ਸੰਪਾਦਾਰ ਵੀ ਆਪਣੇ ਛੋਟੇ ਵੀਰ ਰਜਿੰਦਰ ਸਿੰਘ ਹਿੰਦੂਆਂ ਦੇ ਨਾਲ ਬਿਲਕੁਲ ਆਪਣੇ ਸਾਥੀਆਂ ਦੇ ਨਾਲ ਦਿੱਤੇ ਯਕੀਨ ਦੱਸਿਆ ਤੇਰੀ ਖੁਸ਼ੀਆਂ ਖੁਸ਼ੀਆਂ ਦੇ ਨਾਲ ਅਸੀਂ ਅੱਜ ਰੌਣਕਾਂ ਦੇ ਜਗਰੂਪ ਸਿੰਘ ਕਲੇਰ ਕੇਂਦਰ ਦੀ ਕਾਨੂੰਨੀ ਮਾਂ ਸੀ ਉਹ ਵੀ ਵੀਰ ਬੈਠਾ ਜਮੀਨਾਂ ਦੇ ਵਿੱਚ ਵੀ ਜਾਣਾਂ ਦੀ ਰੱਖਿਆ ਕਰਦੇ ਨੇ ਵੀ ਨਾ ਦੇਖੋ ਸਾਹਮਣੇ ਨੌਜਵਾਨ ਜਗਰੂਪ ਪ੍ਰਦੀਪ ਸਿੰਘ ਜੀ ਵਾਲਾ ਪਾਸ ਕੇ ਪਾਸ ਆਉਂਦਾ ਹੈ ਜਿਹੜਾ ਵੀ ਇਸ ਤਰ੍ਹਾਂ ਕਰੇਗਾ ਮੈਂ ਵੀ ਕੁੜੀ ਵੀ ਜਿਹੜੀ ਵਾਸਤੇ ਭੂਮੀਆਂ ਆਸਾਂ ਵੱਲੋਂ ਕੋਈ ਸੁਣਾਉਂਦੀ ਹੈ ਪਟਿਆਲੇ ਜ਼ਿਲ੍ਹੇ ਦੀ ਧਰਤੀ ਮੇਰੇ ਵੀਰ ਜਿੱਥੇ ਦੇ ਪਿੱਛੋਂ ਕਰੀਏ ਸਰਕਾਰ ਵਰਗੇ ਬਹੁਤ ਸੋਹਣੀ ਤੁਹਾਡੀ ਖੇਡੇ ਆਪਣੇ ਨੌਜਵਾਨ ਲੋਕਾਂ ਦੀ ਇੱਕ ਬੈਠਕ ਦੀ ਟੀਮ ਹੈ ਇਸਦੀ ਗੇਟ ਦੇ ਸਾਹਮਣੇ ਖੜੀ ਹੈ ਉਹਨਾਂ ਨੂੰ ਕੋਈ ਬਾਰੇ ਲੰਘ ਨਹੀਂ ਦੇ ਰਹੇ ਕਿਰਪਾ ਕਰਕੇ ਕੋਈ ਮੇਲਾ ਨਹੀਂ ਜਾ ਕੇ ਕੋਈ ਵੀ ਉਹਨਾਂ ਨੂੰ ਪ੍ਰਸ਼ਨ ਕਰ ਦੇਣੀ ਮੈਂ ਤੁਸੀਂ ਕਹਿ ਰਹੇ ਉਹਨਾਂ ਦਾ ਕਹਿੰਦੀ ਕਹਿੰਦੀ ਰੇਤ ਦਾ ਸਮੇਂ ਜਿਹੜਾ ਫੜ ਆਵੇ ਧਰਤੀ ਲੈਣ ਦੀ ਖੇਡਣੀ ਕਬੱਡੀ ਜਾਂ ਖੇਡਣੀ ਕਬੱਡੀ ਖਰੀ ਵੀ ਅੱਜ ਦੇ ਇਸ ਰਾਜਨ ਭੇਜਿਆ ਬੜੀ ਵੀਰ ਨੇ ਆਓ ਦੇਖੋ ਸਾਹਮਣੇ ਨੌਜਵਾਨ ਵੈਸੇ ਦੀ ਕਬੱਡੀ ਕਰਦਾ ਜਿੱਥੇ 14 ਤਰੀਕ ਨੂੰ ਮੇਰੇ ਵੀਰ ਕੋਟਾ ਦੇ ਵਿੱਚ ਰੌਣਕਾਂ ਲੱਗਣੀਆਂ ਨੇ ਉੱਥੇ 15 ਤਰੀਕ ਨੂੰ ਬੋਲੀ ਭਾਈ 16 ਤਰੀਕ ਨੂੰ ਮੇਰੇ ਵੀਰ ਕੁੰਜਰਪਾਲ ਤੇ ਫਿਰ 18 ਤਰੀਕ ਨੂੰ ਫਿਰ ਆਓ ਕੋਲ ਕੋਲ ਜੀ ਜਾਂਦੇ ਹਾਂ ਕੋਲ ਕੋਲ ਜੀ
ਜਿਹੜੀ ਹੈ ਲੁਧਿਆਣਾ ਦੇ ਲੋਕਾਂ ਦੀਆਂ ਟੀਮਾਂ ਬਿਲਕੁਲ ਤਿਆਰ ਨੇ ਅੱਜ ਦੇ
ਦੇਖਦਾ ਵੀ ਕੁਦਰਤ ਕਿੱਥੇ ਕਬੱਡੀਆਂ ਪਾਉਂਦਾ ਆਪਣੀ ਕੰਮ ਦੇ ਮਨ ਵਕੀਲਾਂ ਵਾਲਾ ਕਿੱਥੇ ਦਾ ਜਨਾਜਾ ਫਿਲਟਰ ਕਿਵੇਂ ਦੇ ਜੱਫੇ ਲਾਉਂਦਾ ਸਰਕਾਰ ਕਿਤੇ ਕਬੱਡੀ ਪਾਉਂਦਾ ਉਹ ਫਲਾਨ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਸਾਡੇ ਨਾਲ ਆਈ ਸਾਰੇ ਦੀ ਗੱਲ ਕਰਦੇ ਚੱਲਦੀ ਹੈ ਸਭ ਦੀ ਰੱਖਣਾ ਵੀ ਗੱਲ ਕਰਦੀ ਕੀ ਹੈ।
ਮਾੜਾ 200 ਰੁਪਈਆ ਤੇ ਭਗਵੰਤ ਸਿੰਘ ਜੀ ਅਖਰੀ ਦੇ ਗੁਜ਼ਾਰੇ 300 ਰੁਪਈਆ ਤੇ 100 ਆਦਮੀ ਸਾਰਾ ਨੌਜਵਾਨਾਂ ਇਹ ਕੁੜੀਆਂ ਜਿੰਦਰ ਸਿੰਘ ਦੀ ਕੁੜੀਆਂ ਜਿੰਦਰ ਸਿੰਘ ਦੀ ਕੁੜੀ ਵੱਲੋਂ ਨੌ ਵੇ ਕੋਈ ਸਮਾਂ ਹੈ ਪ੍ਰਲਾਦ ਤੇ ਦੂਸਰੇ ਪਾਸੇ ਉਹਨਾਂ ਇੱਕ ਰੇਤਾ ਕੱਪ ਦੇ ਪ੍ਰੈਸ਼ਰ ਕੱਪ ਤੇ ਪ੍ਰੈਸ਼ਰ ਕੱਪ ਦੇ ਪ੍ਰੈਸ਼ਰ ਮੈਂ ਲੈ ਰਹੀ ਸੰਪ੍ਰਾਪਤੀ ਅੱਜ ਦੇ ਗਿਰੀ ਗਿਓ ਪ੍ਰਲਾਦ ਦੀ ਹੈ ਜਿੰਦਰ ਸਿੰਘ ਦੀ ਪ੍ਰਾਪਤੀ ਅਜੀਬ ਮਾਨਾ ਪੜੀ ਗਿਆ ਜਿੰਦਰ ਸਿੰਘ ਦੀ ਜਿੰਦਰ ਸਿੰਘ ਦੀ ਕੋਹਰਾ ਤੇ 100 ਰੁਪਏ ਭਗਵੰਤ ਸਿੰਘ ਜੀ ਇਹਦਾ ਬਾਰੇ ਸੰਦੀਪ ਸਾਹਿਬ ਜੀ ਦਾ ਨਮਸਕਾਰ ਮਾਰੋ ਤੇ ਜੀ ਉਹ ਵੀ ਜਨਾਬ ਜੀ ਬਹੁਤ ਹੀ ਸਾਥ ਹੋਊਗਾ ਆਮ ਕੀ ਕਰੀਏ
Oh, my God.
ਆਜ਼ਾਦੀ